बिस्मिल्लाहिर्रहमानिर्रहीम। अस्सलाम अलैकुम। कैसे ने मेरे सारे भैन भरा? सारिआं नूं मेरा सलाम है। उम्मीद करनी आ कि इस गर्मी दे विच वी तुसी अल्लाह दे फजलो करम नाल खुशो खुरम तंदरुस्ती वाली जिंदगी गुजार रहे होवोगे। तो मैनूं वी अपनी दुआवां च याद रख्या करो। तो अज दा व्लॉग शुरुआत, जैसा कि तुसी वेख रहे हो कि मूँह हाथ धोण तो मैं सुबह सुबह उठी हाँ, तो पसीने नाल मूँह तो वैसे ही भिज्जिया ही हुंदा वे, ਅਤੇ ਫਿਰ ਵੀ ਇਹ ਜਿਹੜਾ ਹੈ ਨਾ ਸਾਡੇ ਇੱਕ ਸਮਝ ਲਓ ਕਿ ਰੈਗੂਲਰ ਜਿਹੜੀ ਸਾਡੀ ਆਦਤ ਹੈ ਨਾ, ਉਹਦੇ 'ਚ ਜਿੰਨਾ ਮਰਜ਼ੀ ਵੀ ਇਨਸਾਨ ਪਸੀਨੇ ਨਾਲ ਭਿੱਜਿਆ ਹੋਏ ਅਤੇ ਮੂੰਹ ਹੱਥ ਧੋ ਕੇ ਨਾ ਇੱਕ ਅਲੈਦਾ ਹੀ ਤਰੋ ਤਾਜ਼ਗੀ ਜਿਹੜੀ ਹੈ ਨਾ ਇਨਸਾਨ ਨੂੰ ਮਿਲ ਜਾਂਦੀ ਹੈ। ਅਤੇ ਇਸ ਤਰ੍ਹਾਂ ਹੀ ਮੈਂ ਵਾਂ, ਮੈਂ ਉੱਠਦਿਆਂ ਹੀ ਮੈਂ ਠੰਡੇ ਪਾਣੀ ਦੇ ਛਿੱਟੇ ਮਾਰੇ ਨੇ ਆਪਣੀਆਂ ਅੱਖਾਂ 'ਤੇ, ਫਿਰ ਉਸ ਤੋਂ ਬਾਅਦ ਮੈਂ ਮੂੰਹ ਹੱਥ ਧੋਤਾ ਅਤੇ ਥੋੜ੍ਹੀ ਤਰੋ ਤਾਜ਼ਗੀ ਜਿਹੜੀ ਹੈ ਨਾ ਉਹ ਮਿਲ ਗਈ ਹੈ। ਅਤੇ ਉਸ ਤੋਂ ਬਾਅਦ ਘਰ ਜਿਹੜਾ ਨਾ ਕਾਫੀ ਗੰਦਾ ਹੋਇਆ ਸੀ, ਅਤੇ ਮੈਂ ਕਿਹਾ ਨਾਸ਼ਤੇ ਤੋਂ ਪਹਿਲੇ ਨਾ ਬੱਚੇ ਹਲੇ ਸੁੱਤੇ ਸੀ। ਜੈਸਾ ਕਿ ਤੁਸੀਂ ਜਾਣਦੇ ਹੋ ਕਿ ਗਰਮੀਆਂ ਦੀਆਂ ਛੁੱਟੀਆਂ ਜਿਹੜੀਆਂ ਨੇ ਨਾ ਹੋ ਗਈਆਂ ਨੇ, ਅਤੇ ਅੱਗੇ ਤਾਂ ਗੌਰਮੈਂਟ ਦੇ ਆਰਡਰ ਦੇ ਮੁਤਾਬਿਕ ਜਿਹੜੀਆਂ ਛੁੱਟੀਆਂ ਨੇ 6 ਨੂੰ ਹੁੰਦੀਆਂ ਸੀ, 6 ਜੂਨ ਨੂੰ ਜਾਂ 15 ਜੂਨ ਨੂੰ ਬੜੀ ਹੱਦ ਹੈ, ਲੇਕਿਨ ਇਸ ਦਫ਼ਾ ਤਾਂ ਗਰਮੀ ਨੇ ਵੀ ਆਪਣਾ ਜਿਹੜਾ ਨਾ ਅਖੀਰ ਦਿਖਾਈ ਹੈ ਆਵਾਮ ਨੂੰ। ਅਤੇ ਫਿਰ ਗੌਰਮੈਂਟ ਨੂੰ ਮਜਬੂਰ ਹੋ ਕੇ ਅਤੇ ਬੱਚਿਆਂ ਨੂੰ ਛੁੱਟੀਆਂ ਦੇਣੀਆਂ ਪਈਆਂ ਨੇ। ਮਈ 'ਚ ਹੀ ਛੁੱਟੀਆਂ ਹੋ ਗਈਆਂ ਨੇ, 5 ਮਈ ਦੀ ਪਹਿਲੀ ਛੁੱਟੀ ਸੀ ਅਤੇ ਅੱਜ ਮੇਰੇ ਬੱਚਿਆਂ ਦੀ ਛੁੱਟੀ ਦਾ ਦੂਸਰਾ ਦਿਨ ਹੈ। ਅਤੇ ਬੱਚੇ ਸਾਰੇ ਸੁੱਤੇ ਸੀ ਹਾਲੇ, ਤਾਂ ਮੈਂ ਕਿਹਾ ਚਲੋ ਨਾ ਸੁਬਹਾ ਸੁਬਹਾ ਉੱਠ ਕੇ ਪਹਿਲੇ ਨਾ ਮੈਂ ਸਫਾਈ ਕਰ ਲਵਾਂ ਘਰ ਦੀ, ਅਤੇ ਘਰ ਵੀ ਥੋੜ੍ਹਾ ਠੰਡਾ ਹੋਈਏਗਾ, ਗਰਮੀ ਦੀ ਸ਼ਿੱਦਤ 'ਚ ਜਿਹੜਾ ਨਾ ਥੋੜ੍ਹੀ ਕਮੀ ਆਏਗੀ। ਅਤੇ ਫਿਰ ਬੱਚਿਆਂ ਨੂੰ ਵੇਖਦਿਆਂ ਹੋਇਆ ਮੈਂ ਕਿਹਾ ਚਲੋ ਸੁੱਤੇ ਨੇ ਤਾਂ ਫਾਇਦਾ ਚੁੱਕਣਾ ਚਾਹੀਦਾ, ਨਹੀਂ ਤਾਂ ਬੱਚੇ ਉੱਠੇ ਹੋਣ ਨਾ ਸਭ ਤੋਂ ਪਹਿਲੇ ਉਹਨਾਂ ਨਾਸ਼ਤਾ ਉਹਨਾਂ ਨੂੰ ਚਾਹੀਦਾ ਵੇ, ਉਹਨਾਂ ਨੂੰ ਕਰਵਾਉਣਾ ਵੀ, ਕਿਉਂਕਿ ਮੇਰਾ ਖੁਦ ਦਿਲ ਜਿਹੜਾ ਨਾ ਇਸ ਤਰ੍ਹਾਂ ਮਾਂ ਵਾ ਨਾ, ਮਾਂ ਦਾ ਦਿਲ ਇਸ ਤਰ੍ਹਾਂ ਹੀ ਹੁੰਦਾ ਕਿ ਬੱਚੇ ਪਹਿਲੇ ਉੱਠਦੇ ਹੀ ਨਾ ਕੁਛ ਖਾ ਪੀ ਲੈਣ। ਅਤੇ ਬੱਚੇ ਫਿਰ ਸੁੱਤੇ ਸੀ, ਮੈਂ ਕਿਹਾ ਚਲੋ ਮੈਂ ਨਾ ਸਫਾਈ ਦਾ ਕੰਮ ਖਤਮ ਕਰ ਲਵਾਂ ਅਤੇ ਉਨੀ ਦੇਰ ਨੂੰ ਬੱਚੇ ਉੱਠ ਜਾਣਗੇ ਅਤੇ ਫਿਰ ਨਾਸ਼ਤਾ ਵਗੈਰਾ ਹੋਏਗਾ। ਅਤੇ ਇੱਥੇ ਸਾਰਾ ਘਰ ਜਿਹੜਾ ਨਾ ਮੈਂ ਸਾਫ਼ ਕਰ ਕੁਰ ਕੇ ਅਤੇ ਸੁੱਖ ਦਾ ਸਾਹ ਲਿਆ ਸੀ। ਅਤੇ ਮਾਰਬਲ ਦਾ ਜਿਹੜਾ ਨਾ ਇੱਥੇ ਫਰਸ਼ ਹੈ, ਅਤੇ ਮੈਂ ਜੁੱਤੀ ਪਹਿਨ ਕੇ ਜਿਹੜਾ ਨਾ ਸਫਾਈ ਨਹੀਂ ਕਰਦੀ, ਕਿਉਂਕਿ ਜੁੱਤੀ ਜਿਹੜੀ ਹੈ ਨਾ ਸਲਿਪ ਹੋ ਸਕਦੀ ਹੈ। ਸਲਿਪ ਤਾਂ ਮੈਂ ਇਸ ਤਰ੍ਹਾਂ ਵੀ ਹੋ ਸਕਦੀ ਹਾਂ, ਜੇ ਮੈਂ ਡਿੱਗਣਾ ਹੋਏ ਤਾਂ ਇਸ ਤਰ੍ਹਾਂ ਵੀ ਡਿੱਗ ਸਕਦੀ ਹਾਂ, ਲੇਕਿਨ ਜੁੱਤੀ ਪਹਿਨ ਕੇ ਮੈਂ ਸਫਾਈ ਕਰਾਂ ਤਾਂ ਜ਼ਿਆਦਾ ਮੈਨੂੰ ਡਰ ਲੱਗਦਾ ਹੈ। ਅਤੇ ਫਿਰ ਵਾਸ਼ਰੂਮ ਸਾਫ਼ ਕਰਨਾ ਸੀ ਅਤੇ ਮੈਨੂੰ ਮਜਬੂਰਨ ਜੁੱਤੀ ਫਿਰ ਪਹਿਨਣੀ ਪਈ, ਕਿਉਂਕਿ ਨੰਗੇ ਪੈਰ ਆਪਣਾ ਦਿਲ ਨਹੀਂ ਮੰਨਦਾ ਅਤੇ ਉਂਝ ਵੀ ਜਿਹੜੇ ਨਾ ਪੈਰ ਜਿਹੜੇ ਨਾ ਪਾਕ ਹੋ ਜਾਂਦੇ ਨੇ। ਅਤੇ ਵਾਸ਼ਰੂਮ ਵੀ ਸਾਰਾ ਘਰ ਬਲਕਿ ਸਾਰਾ ਹੀ ਮੈਂ ਸਾਫ਼ ਸੂਫ ਕਰ ਲਿਆ ਸੀ ਅਤੇ ਇੱਕ ਨਾ ਜ਼ਰਾ ਸਕੂਨ ਜਿਹਾ ਹੋ ਗਿਆ ਸੀ, ਘਰ ਦੀ ਸਫਾਈ ਹੋ ਜਾਏ ਅਤੇ ਔਰਤ ਦਾ ਜਿਹੜਾ ਹੈ ਨਾ 75% ਕੰਮ ਜਿਹੜਾ ਨਾ ਖਤਮ ਹੋ ਜਾਂਦਾ ਹੈ। ਅਤੇ ਬਾਕੀ ਖਾਣਾ ਪੀਣਾ ਰਹਿ ਜਾਂਦਾ ਉਹ ਹਰ ਔਰਤ ਕਰ ਹੀ ਲੈਂਦੀ ਹੈ। ਅਤੇ ਗਰਮੀ ਕਾਫੀ ਜ਼ਿਆਦਾ ਸੀ ਅਤੇ ਬਸ ਕੰਮ ਕਰਦੇ ਹੋਏ ਮੈਨੂੰ ਪਸੀਨਾ ਜਿਹੜਾ ਮੈਂ ਕਹਿੰਦੀ ਹਾਂ ਆਮ ਜਿਹੜੇ ਇਨਸਾਨ ਨੇ ਉਹਨਾਂ ਨਾਲ ਕੁਛ ਜ਼ਿਆਦਾ ਹੀ ਆਉਂਦਾ ਹੈ। ਅਤੇ ਕੰਮ ਕਰਦੇ ਹੀ ਮੈਂ ਬਸ ਅੰਦਰ ਦੌੜ ਲਾਈ ਹੈ ਕਿ ਏਸੀ ਥੱਲੇ ਜਾ ਕੇ ਨਾ ਜ਼ਰਾ ਮੈਂ ਸਾਹ ਲਵਾਂ ਅਤੇ ਥੋੜ੍ਹੀ ਠੰਡੀ ਹੋਵਾਂ। ਅਤੇ ਏਸੀ ਦੀ ਠੰਡਕ 'ਚ ਬਹਿ ਕੇ ਅਤੇ ਬਿਲਕੁਲ ਇਸ ਤਰ੍ਹਾਂ ਸਕੂਨ ਹੋ ਗਿਆ ਸੀ, ਬਸ ਕੁਛ ਨਾ ਪੁੱਛੋ ਕਿਉਂਕਿ ਜਿੰਨੀ ਗਰਮੀ ਪੈ ਰਹੀ ਹੈ ਨਾ। ਅਤੇ ਬਾਕੀ ਇੱਥੇ ਜਿਹੜੀ ਇਹਨਾਂ ਸਿਲਾਈ ਮਸ਼ੀਨ ਮੈਂ ਕੋਲ ਹੀ ਰੱਖੀ ਹੈ, ਕਿਉਂਕਿ ਏਸੀ ਐਸੇ ਰੂਮ 'ਚ ਲੱਗਿਆ ਹੋਵੇ ਅਤੇ ਮੈਂ ਏਸੀ ਦੀ ਫਿਰ ਜਿਹੜੀ ਠੰਡਕ ਹੈ ਉਹਦੇ 'ਤੇ ਫਾਇਦਾ ਚੁੱਕਣੀ ਆ, ਕਿਉਂਕਿ ਬਾਹਰ ਬਹਿ ਕੇ ਇੰਨੀ ਗਰਮੀ 'ਚ ਕੱਪੜੇ ਨਹੀਂ ਸੀਨ ਹੁੰਦੇ, ਕਿਉਂਕਿ ਮੈਂ ਆਪਣੇ ਕੱਪੜੇ ਜਿਹੜੇ ਨਾ ਖੁਦ ਸਿਲਾਈ ਕਰਨੇ ਹੁੰਦੇ ਨੇ, ਮੈਨੂੰ ਬਿਲਕੁਲ ਵੀ ਤਸੱਲੀ ਨਹੀਂ ਹੁੰਦੀ ਕਿ ਟੇਲਰ ਕੋ ਜਾਂ ਜਿਹੜੀਆਂ ਦਰਜ਼ਨਾਂ ਹੁੰਦੀਆਂ ਨਾ ਉਹਨਾਂ ਕੋਲ ਸਿਲਾਈ ਕਰਾਵਾਂ, ਕਿਉਂਕਿ ਕਿਤੋਂ ਉੱਚਾ ਕਿਤੋਂ ਨੀਵਾਂ ਕਿਤੋਂ ਵੱਧ ਕਿਤੋਂ ਘੱਟ, ਅਤੇ ਮੈਂ ਨਾ ਸਿਲਾਈ ਫਿਰ ਆਪ ਹੀ ਕਰਨੀ ਆਪਣੇ ਕੱਪੜੇ। ਅਤੇ ਮਸ਼ੀਨ ਵੀ ਮੈਂ ਅੰਦਰ ਹੀ ਰੱਖੀ ਹੋਈ ਸੀ। ਉਸ ਤੋਂ ਬਾਅਦ ਫਿਰ ਮੈਂ ਉੱਪਰ ਆ ਗਈ ਸੀ, ਇਹ ਨਾ ਆਲੂ ਅੰਡੇ ਸਾਲਨ ਬਣਾਇਆ ਸੀ ਉਹ ਗਰਮ ਕਰ ਰਹੀ ਹਾਂ, ਕਿਉਂਕਿ ਇੰਨੀ ਗਰਮੀ 'ਚ ਨਾ ਖਾਣਾ ਬਣਾਉਣਾ ਜਿਹੜਾ ਇੱਕ ਔਰਤ ਦੀ ਬੜੀ ਹਿੰਮਤ ਹੈ ਕਿ ਉਹ ਕਿਚਨ ਦਾ ਕੰਮ ਕਰਦੀ ਹੈ, ਲੇਕਿਨ ਮਰਦ ਹਜ਼ਰਾਤ ਜਿਹੜੇ ਨੇ ਨਾ ਉਹ ਜ਼ਰਾ ਵੀ ਜਿਹੜੇ ਨਾ ਕਦਰ ਨਹੀਂ ਕਰਦੇ ਔਰਤਾਂ ਦੀ। ਉਹ ਕਹਿੰਦੇ ਨੇ ਤੁਹਾਡਾ ਫਰਜ਼ ਹੈ ਖਾਣਾ ਬਣਾਉਣਾ, ਸਾਨੂੰ ਤਾਂ ਬਸ ਖਾਣਾ ਰੋਟੀ ਚਾਹੀਦੀ ਹੈ, ਕੱਪੜੇ ਧੁੱਲੇ ਚਾਹੀਦੇ ਨੇ, ਸਾਫ਼ ਸੁਥਰੇ ਚਾਹੀਦੇ ਨੇ, ਲੇਕਿਨ ਉਹ
ਔਰਤ ਨੂੰ ਪਤਾ ਹੁੰਦਾ ਕਿ ਜਿਸ ਤਰ੍ਹਾਂ ਉਹ ਘਰ ਦਾ ਕੰਮ ਕਰਦੀ ਇੰਨੀ ਗਰਮੀ 'ਚ। ਉਹ ਗੱਲ ਠੀਕ ਹੈ ਕਿ ਮਰਦ ਹਜ਼ਰਾਤ ਵੀ ਜਿਹੜੇ ਨਾ ਬਾਹਰ ਜਾਂਦੇ ਨੇ ਕਮਾਉਣ ਜਾਂਦੇ ਨੇ ਆਪਣਾ ਘਰ ਚਲਾਉਣ ਵਾਸਤੇ, ਆਪਣੇ ਬਾਲ ਬੱਚੇ ਦਾ ਪੇਟ ਪਾਲਣ ਵਾਸਤੇ, ਉਹਨਾਂ ਨੂੰ ਵੀ ਸਲਾਮ ਹੈ, ਉਹਨਾਂ ਮਰਦਾਂ ਨੂੰ ਵੀ ਜਿਹੜੇ ਇੰਨੀ ਇੰਨੀ ਗਰਮੀ ਬਰਦਾਸ਼ਤ ਕਰਕੇ ਅਤੇ ਆਪਣੇ ਕੁੰਬੇ ਨੂੰ ਪਾਲ ਰਹੇ ਨੇ। ਅਤੇ ਇਸ ਤਰ੍ਹਾਂ ਹੀ ਫਿਰ ਔਰਤ ਵੀ ਹੈ, ਸਾਨੂੰ ਤਾਂ ਘਰ ਬੈਠੇ ਗਰਮੀ ਲੱਗਦੀ ਹੈ ਅਤੇ ਮਰਦਾਂ ਨੂੰ ਜਿਹੜੇ ਬਾਹਰ ਜਾ ਕੇ ਕਮਾਉਣਾ ਪੈਂਦਾ ਵੇ। ਅਤੇ ਚੁੱਲ੍ਹਾ ਕਾਫੀ ਗੰਦਾ ਹੋਇਆ ਸੀ 2-3 ਦਿਨ ਤੋਂ, ਇੱਥੇ ਕਾਫੀ ਨੇਰੀਆਂ ਵਗੈਰਾ ਵੀ ਚੱਲ ਰਹੀਆਂ ਨੇ ਅਤੇ ਉਹਦੀ ਵਜ੍ਹਾ ਤੋਂ ਕਿਚਨ ਮੇਰਾ ਉੱਪਰ ਹੈ ਓਪਨ ਸਾਈਡ 'ਤੇ, ਅਤੇ ਉੱਧਰੋਂ ਖਿੜਕੀ ਵਗੈਰਾ 'ਚੋਂ ਨਾ, ਕਿਉਂਕਿ ਇਹਨੂੰ ਕੁਛ ਕਿਚਨ ਨੂੰ ਨਾ ਦਰਵਾਜ਼ਾ ਵੀ ਨਹੀਂ ਲੱਗਾ ਹੋਇਆ, ਉਹਦੀ ਵੀ ਇੱਕ ਵਜ੍ਹਾ, ਉਹ ਮੈਂ ਫਿਰ ਕਦੀ ਤੁਹਾਨੂੰ ਦੱਸਾਂਗੀ। ਅਤੇ ਉੱਧਰੋਂ ਫਿਰ ਨਾ ਜੰਗਲੇ 'ਚੋਂ ਵੀ ਹਵਾ ਮਿੱਟੀ ਵਗੈਰਾ ਆਉਂਦੀ ਹੈ, ਸਾਰੀ ਗਿਰਦ ਵਗੈਰਾ ਸਾਰੀ ਜਿਹੜੀ ਹੈ ਨਾ ਬਰਤਨਾਂ 'ਤੇ, ਇਸ ਤਰ੍ਹਾਂ ਚੁੱਲ੍ਹੇ ਵਗੈਰਾ, ਅਤੇ ਕਾਫੀ ਗੰਦਾ ਵੀ ਹੋਇਆ ਸੀ। ਅਤੇ ਮੈਂ ਕਿਹਾ ਚਲੋ ਮੈਂ ਨਾ ਸਾਲਨ ਗਰਮ ਕੀਤਾ ਅਤੇ ਨਾਲ ਹੀ ਨਾ ਇਹਨੂੰ ਮੈਂ ਸਾਫ਼ ਕਰ ਦੇਵਾਂ ਅਤੇ ਦੇਖ। ਅਤੇ ਬਾਕੀ ਜਿਹੜੀਆਂ ਬੈਕਗਰਾਊਂਡ 'ਚ ਤੁਹਾਨੂੰ ਆਵਾਜ਼ਾਂ ਵਗੈਰਾ ਸ਼ੋਰ ਵਗੈਰਾ ਸੁਣਾਈ ਦੇ ਰਿਹਾ, ਉਹਨੂੰ ਇਗਨੋਰ ਕਰਨਾ, ਕਿਉਂਕਿ ਮੇਰੇ ਕੋਈ ਹੱਲ ਨਹੀਂ ਕਿ ਇਹਨਾਂ ਬੱਚਿਆਂ ਨੂੰ ਮੈਂ ਜਾ ਕੇ ਗਲੀ ਮੁਹੱਲੇ ਵਾਲਿਆਂ ਨੂੰ ਨਾ ਇਹਨਾਂ ਦਾ ਸ਼ੋਰ ਜਿਹੜਾ ਖਤਮ ਕਰਾ ਸਕਾਂ, ਕਿਉਂਕਿ ਇੰਨੀ ਗਰਮੀ 'ਚ ਵੀ ਮਾਵਾਂ ਪਤਾ ਨਹੀਂ ਕਿਸ ਤਰ੍ਹਾਂ ਬੱਚਿਆਂ ਨੂੰ ਬਾਹਰ ਕੱਢ ਦਿੰਦੀਆਂ ਆਪਣੀ ਜਾਨ ਛੁਡਾਉਣ ਵਾਸਤੇ, ਜਾਓ ਦੂਸਰਿਆਂ ਦਾ ਸਿਰ ਖਾਓ ਜਾ ਕੇ, ਇਹਨਾਂ ਨੂੰ ਪਤਾ ਨਹੀਂ ਗਰਮੀ ਵੀ ਨਹੀਂ ਲੱਗਦੀ। ਅਤੇ ਇਸ ਵਾਸਤੇ ਮੈਂ ਕਿਹਾ ਤੁਹਾਨੂੰ ਨਾ ਇਹ ਸਾਰਾ ਕੁਛ ਬਰਦਾਸ਼ਤ ਕਰਨਾ ਪਏਗਾ, ਕਿਉਂਕਿ ਰਾਤ ਦਾ ਇੰਤਜ਼ਾਰ ਮੈਂ ਕਰ ਨਹੀਂ ਸਕਦੀ। ਸਰਦੀ ਵਗੈਰਾ ਸੀ ਅਤੇ ਮੈਂ ਇੱਕ ਅਲੱਗ ਕਮਰੇ 'ਚ ਨਾ ਰਿਕਾਰਡਿੰਗ ਵਗੈਰਾ ਕਰ ਲੈਂਦੀ ਸੀ, ਵਾਇਸ ਓਵਰ ਕਰ ਲੈਂਦੀ ਸੀ। ਅਤੇ ਬਾਕੀ ਚੈਨਲ 'ਤੇ ਫਸਟ ਟਾਈਮ ਨੇ ਜਿਹੜੇ ਮੇਰੇ ਵੇਖਣ ਵਾਲੇ, ਅਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ, ਸ਼ੇਅਰ ਕਰਨਾ, ਲਾਈਕ ਕਰਨਾ ਮੇਰੀਆਂ ਵੀਡੀਓ ਨੂੰ। ਅਤੇ ਤੁਸੀਂ ਕਮੈਂਟ ਵਗੈਰਾ ਕੋਈ ਵੀ ਨਹੀਂ ਕਰਦੇ, ਬਸ ਕੋਈ ਹੈ ਨਾ ਇੰਨਾ ਜਿਹੜਾ ਹੈ ਨਾ ਮਸਬਤ ਜਿਹੜਾ ਰਿਸਪੋਂਸ ਹੈ ਉਹ ਨਹੀਂ ਮੈਨੂੰ ਮਿਲਦਾ ਪਿਆ। ਅਤੇ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਪਲੀਜ਼ ਮੇਰੇ ਜਿਹੜੀ ਵੀਡੀਓ ਨਾ ਉਹਨੂੰ ਫੁੱਲ ਐਂਡ ਤੱਕ ਦੇਖਿਆ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਤੁਹਾਨੂੰ ਮੇਰੀ ਵੀਡੀਓ ਜਿਹੜੀਆਂ ਨਾ ਕੈਸੀਆਂ ਲੱਗਦੀਆਂ ਨੇ। ਅਤੇ ਇੱਥੇ ਆਲੂ ਅੰਡੇ ਦਾ ਸਾਲਨ ਤਾਂ ਮੈਂ ਗਰਮ ਕਰ ਲਿਆ ਸੀ, ਨਾਲ ਖੀਰੇ ਪਏ ਸੀ। ਅਤੇ ਤੁਸੀਂ ਇੱਥੇ ਹੈਰਾਨ ਹੋਵੋਗੇ ਕਿ ਖੀਰਾ ਤਾਂ ਜਾਂ ਦੁਪਹਿਰ ਨੂੰ ਹੁੰਦਾ ਜਾਂ ਰਾਤ ਦੇ ਖਾਣਾ, ਲੇਕਿਨ ਮੈਂ ਨਾ ਇੱਥੇ ਸੁਬਾਹ ਦੇ ਟਾਈਮ ਵੀ ਖੀਰਾ ਜਿਹੜਾ ਨਾ ਖਾਣਾ ਪਸੰਦ ਕਰਨੀ ਹੈ। ਮੈਂ ਤਾਂ ਅਕਸਰ ਖਾਣਾ ਹੀ ਜਿਹੜਾ ਹੈ ਨਾ ਖੀਰੇ ਦੀ ਸਲਾਦ ਬਣਾ ਕੇ ਅਤੇ ਉਹਦੇ ਨਾਲ ਹੀ ਖਾਂਦੀ ਹਾਂ, ਨਾਸ਼ਤਾ ਮੇਰਾ ਜਿਹੜਾ ਹੁੰਦਾ, ਮੈਨੂੰ ਇੰਨਾ ਪਸੰਦ ਹੈ ਖੀਰਾ। ਅਤੇ ਇੱਥੇ ਮੈਂ ਮੇਰੇ ਹਸਬੈਂਡ ਨੂੰ ਵੀ ਬਹੁਤ ਪਸੰਦ ਹੈ ਅਤੇ ਉਹਨਾਂ ਵਾਸਤੇ ਫਿਰ ਮੈਂ ਖੀਰਾ ਕੱਟ ਰਹੀ ਸੀ, ਕਿਉਂਕਿ ਬੱਚੇ ਉੱਠ ਚੁੱਕੇ ਸੀ, ਸਫਾਈ ਵਗੈਰਾ ਤੋਂ ਫਾਰਗ ਹੋਈ ਹਾਂ। ਅਤੇ ਮੈਂ ਫਿਰ ਮੈਂ ਕਿਹਾ ਚਲੋ ਮੈਂ ਨਾ ਨਾਸ਼ਤਾ ਬੱਚਿਆਂ ਨੂੰ ਦੇਵਾਂ ਅਤੇ ਨਾਲ ਇਹ ਖੀਰੇ ਵਗੈਰਾ ਕੱਟ ਰਹੀ ਹਾਂ, ਅਤੇ ਤੁਸੀਂ ਵੀ ਆਪਣੀ ਨਾ ਡੇਲੀ ਖੁਰਾਕ 'ਚ ਨਾ ਖੀਰਾ ਜ਼ਰੂਰ ਲਿਆ ਕਰੋ, ਕਿਉਂਕਿ ਅੱਜ ਕੱਲ੍ਹ ਜਿਸ ਤਰ੍ਹਾਂ ਗਰਮੀ ਹੈ ਨਾ, ਗਰਮੀ 'ਚ ਇਹ ਬਹੁਤ ਤਸੀਰ ਇਹਦੀ ਠੰਡਕ ਵਾਲੀ ਹੁੰਦੀ ਹੈ ਅਤੇ ਬਹੁਤ ਫਾਇਦਾਮੰਦ ਹੈ ਤੁਹਾਡੀ ਸਕਿਨ ਵਾਸਤੇ ਵੀ ਅਤੇ ਤੁਹਾਡੇ ਮੇਦੇ ਵਗੈਰਾ ਵਾਸਤੇ ਵੀ। ਅਤੇ ਇਹਨੂੰ ਤੁਸੀਂ ਨਾ ਜ਼ਰੂਰ ਲਿਆ ਕਰੋ, ਇਹਦੇ ਬੜੇ ਫਾਇਦੇ ਨੇ, ਬੜੀ ਅਫਾਦੀਅਤ ਇਹਦੀ। ਅਤੇ ਮੈਂ ਬਹੁਤ ਪਸੰਦ ਕਰਨੀ, ਮੇਰੇ ਮੀਆਂ ਨੂੰ ਵੀ ਬਹੁਤ ਪਸੰਦ ਹੈ ਖੀਰਾ ਜਾਂ ਸਲਾਦ ਵਗੈਰਾ ਹੋ ਜਾਏ। ਅਤੇ ਆਲੂ ਅੰਡੇ ਦਾ ਸਾਲਨ ਜਿਹੜਾ ਰਾਤ ਦਾ ਸੀ ਉਹ ਮੈਂ ਗਰਮ ਕੀਤਾ, ਅਤੇ ਇਹ ਦਾਲ ਜਿਹੜੀ ਹੈ ਨਾ ਮੈਂ ਨਾਲ ਨਾਲ ਸਫਾਈ ਕਰ ਰਹੀ ਸੀ, ਅਤੇ ਦਾਲ ਵੀ ਜਿਹੜੀ ਨਾ ਮੈਂ ਪੱਕਣੀ ਰੱਖ ਦਿੱਤੀ ਸੀ, ਮਾਸ਼ ਦੀ ਦਾਲ ਹੈ ਅਤੇ ਹੋਟਲ ਸਟਾਈਲ 'ਚ ਮੈਂ ਬਣਾਉਂਦੀ ਹਾਂ, ਕਾਫੀ ਮਜ਼ੇ ਦੀ ਬਣਦੀ ਹੈ ਇਹਦੀ ਵੀ ਨਾ ਕਿਸੇ ਦਿਨ ਰੈਸਪੀ ਜਿਹੜੀ ਹੈ ਮੈਂ ਜ਼ਰੂਰ ਸ਼ੇਅਰ ਕਰਾਂਗੀ ਜਿਸ ਦਿਨ ਮੈਂ ਬਣਾਈ। ਅਤੇ ਬਾਕੀ ਇਹ ਜਿਹੜਾ ਤੁਹਾਨੂੰ ਨਾਲ ਨਾਲ ਜਾਮੇ ਸ਼੍ਰੀ ਨਜ਼ਰ ਆ ਰਿਹਾ, ਇਹ ਮੇਰੇ ਨਾਲ ਨਾਲ ਹੀ ਚੱਲਦਾ ਵੇ, ਕਿਉਂਕਿ ਮੈਂ ਕੰਮ ਕਰਨਾ ਹੁੰਦਾ ਕਿਚਨ 'ਚ, ਕਿਚਨ ਜਿਹੜਾ ਉੱਪਰ ਵਾਲੀ ਸਾਈਡ 'ਤੇ ਵੇ, ਅਤੇ ਮੈਂ ਇਸ ਤਰ੍ਹਾਂ ਖੜ੍ਹੇ ਹੋ ਕੇ ਬਸ ਕੰਮ ਕਰ ਰਹੀ ਹੁੰਦੀ ਕਿ ਜੈਸੇ ਮੈਂ ਤੰਦੂਰ 'ਚ ਖੜ੍ਹੀ ਹਾਂ ਅਤੇ ਇਰਦ ਗਿਰਦ ਜਿਹੜੇ ਮੇਰੇ ਅੱਗ ਹੀ ਅੱਗ ਹੈ, ਕਿਉਂਕਿ ਉੱਪਰ ਵਾਲੇ ਪੋਰਸ਼ਨ 'ਚ ਵੇ ਤਾਂ ਕਾਫੀ ਜ਼ਿਆਦਾ ਗਰਮੀ ਹੁੰਦੀ ਹੈ। ਅਤੇ ਚਲੋ ਖੈਰ ਇਹ ਵੀ ਦਿਨ ਲੰਘ ਜਾਣੇ ਨੇ, ਬਾਕੀ ਇਸ ਤੋਂ ਬਾਅਦ ਨਾਸ਼ਤੇ ਵਗੈਰਾ ਤੋਂ ਬਾਅਦ ਜਿਹੜਾ ਨਾ ਮਿਲਕਸ਼ੇਕ ਸੀ ਉਹ ਬਣਾਉਣਾ ਸੀ ਮੀਆਂ ਸਾਹਿਬ ਵਾਸਤੇ, ਬੱਚਿਆਂ ਵਾਸਤੇ, ਅਤੇ ਇੱਥੇ ਮੈਂ ਉਹ ਬਣਾ ਰਹੀ ਹਾਂ। ਅਤੇ ਮੈਂ ਹਮੇਸ਼ਾ ਜਿਹੜਾ ਨਾ ਸਮੂਦੀ ਟਾਈਪ ਜਿਹੜਾ ਨਾ ਮਿਲਕਸ਼ੇਕ ਬਣਾਉਂਦੀ ਹਾਂ, ਉਹਦਾ ਮਤਲਬ ਇਹ ਹੁੰਦਾ ਕਿ ਮੈਂਗੋ ਜ਼ਿਆਦਾ ਹੋਣ ਅਤੇ ਦੁੱਧ ਜਿਹੜਾ ਬਸ ਥੋੜ੍ਹਾ ਹੋਏ, ਤਾਦਾਦ 'ਚ ਜ਼ਿਆਦਾ ਮੈਂਗੋ ਹੋਣ ਅਤੇ ਦੁੱਧ ਥੋੜ੍ਹਾ ਹੋਏ ਅਤੇ ਬਰਫ਼ ਜ਼ਿਆਦਾ ਹੋਏ, ਅਤੇ ਬਹੁਤ ਹੀ ਮਜ਼ੇਦਾਰ ਮਿਲਕਸ਼ੇਕ ਜਿਹੜਾ ਨਾ ਮਲਾਈ ਹਾਰ ਬਣਦਾ। ਅਤੇ ਤੁਸੀਂ ਜ਼ਰੂਰ ਇਹਨੂੰ ਇਸ ਤਰ੍ਹਾਂ ਬਣਾ ਕੇ ਦੇਖਣਾ, ਕਈ ਲੋਕ ਜਿਹੜੇ ਨਾ ਬਹੁਤ ਪਤਲਾ ਜਿਹਾ ਰੱਖਦੇ, ਲੇਕਿਨ ਥਿੱਕ ਜਿੰਨਾ ਹੋਏਗਾ ਉਨਾ ਜ਼ਿਆਦਾ ਪੀਣ 'ਚ ਵੀ ਮਜ਼ਾ ਆਏਗਾ ਤੁਹਾਨੂੰ, ਜਿਹੜੇ ਬੱਚੇ ਨਹੀਂ ਵੀ ਪੀਂਦੇ ਨਾ ਉਹ ਵੀ ਇਹ ਪਸੰਦ ਕਰਨਗੇ, ਇਹ ਇੰਨਾ ਮਜ਼ੇ ਦਾ ਬਣਦਾ ਵੇ।
ਕਿਉਂਕਿ ਬੱਚੇ ਜਿਹੜੇ ਨਾ ਬਹੁਤ ਨਾਪਸੰਦ ਕਰਦੇ ਨੇ ਮਿਲਕ ਸ਼ੇਕ ਨੂੰ, ਉਹ ਇਸ ਵਜ੍ਹਾ ਤੋਂ ਹੀ ਕਰਦੇ ਨੇ ਕਿਉਂਕਿ ਇੱਕ ਤਾਂ ਇਹ ਪਤਲਾ ਹੁੰਦਾ ਅਤੇ ਕਈ ਮਾਵਾਂ ਜਿਹੜੀਆਂ ਨੇ ਨਾ ਉਹ ਜਿਹੜੇ ਹੁੰਦੇ ਨੇ ਨਾ ਰੇਸ਼ੇਦਾਰ ਮੈਂਗੋ ਉਹ ਲੈਂਦੀਆਂ ਨੇ, ਤੁਸੀਂ ਹਮੇਸ਼ਾ ਜਿਹੜਾ ਚੌਂਸਾ ਮੈਂਗੋ ਜਿਹੜਾ ਨਾ ਇੱਥੇ ਉਹ ਲਿਆ ਕਰੋ, ਅਤੇ ਉਹ ਬਿਲਕੁਲ ਵੀ ਇਹਦੇ ਨਾਲ ਵਿੱਚ ਰੇਸ਼ੇ ਵਗੈਰਾ ਨਹੀਂ ਆਉਂਦੇ। ਇਸ ਵਜ੍ਹਾ ਤੋਂ ਬੱਚੇ ਜਿਹੜੇ ਨਾ ਅਵੋਇਡ ਕਰਦੇ ਨੇ, ਜ਼ਰਾ ਭੱਜਦੇ ਨੇ, ਲੇਕਿਨ ਹਾਲੇ ਚੌਂਸਾ ਮੈਂਗੋ ਦਾ ਤਾਂ ਜਿਹੜਾ ਨਾ ਉਹ ਸੀਜ਼ਨ ਹੀ ਨਹੀਂ ਆਇਆ, ਲੇਕਿਨ ਫਿਰ ਵੀ ਨਾ ਬਹੁਤ ਅੱਛਾ ਬਣ ਗਿਆ ਅਤੇ ਤੁਹਾਨੂੰ ਦਿਖਾਉਂਦੇ ਦਿਖਾਉਂਦੇ ਜਿਹੜਾ ਵੇ ਸਾਰਾ ਇੱਥੇ ਰੁੜ ਗਿਆ ਵੇ, ਅਤੇ ਉਹਨੂੰ ਮੈਂ ਕਿਹਾ ਸਾਫ਼ ਕਰ ਲਵਾਂ, ਕਿਉਂਕਿ ਇਹ ਕੰਮ ਜਿਹੜਾ ਅੱਜ ਦਾ ਕੰਮ ਹੈ ਕੱਲ੍ਹ ਤਾਂ ਪਾਵਾਂਗੀ ਅਤੇ ਉਹ ਫਿਰ ਕੰਮ ਲਟਕਦਾ ਹੀ ਜਾਣਾ ਵੇ। ਅਤੇ ਚਲੋ, ਬਹਿਰਹਾਲ ਕਾਫ਼ੀ ਮਜ਼ੇ ਦਾ ਬਣਿਆ ਸੀ, ਅਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ, ਅੱਜ ਦਾ ਵਲੌਗ ਕੈਸਾ ਲੱਗਿਆ। ਉਮੀਦ ਕਰਨੀ ਆ ਪਸੰਦ ਆਏਗਾ। ਅਤੇ ਚੈਨਲ 'ਤੇ ਫਸਟ ਟਾਈਮ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਅਤੇ ਇੱਥੇ ਜਿਹੜਾ ਦੁੱਧ ਸੀ ਨਾ ਮਿਲਕਸ਼ੇਕ ਬਣਾ ਲਿਆ ਸੀ, ਅਤੇ ਦੁੱਧ ਜਿਹੜਾ ਸੀ ਨਾ ਉਹ ਠੰਡਾ ਹੋ ਚੁੱਕਿਆ ਸੀ, ਅਤੇ ਮੈਂ ਕਿਹਾ ਇਹਨੂੰ ਮੈਂ ਨਾ ਫਰਿੱਜ 'ਚ ਰੱਖਦਾ, ਇਹ ਨਾ ਹੋਏ ਕਿ ਇਹ ਜਿਹੜਾ ਇੱਥੇ ਬਾਹਰ ਹੀ ਖਰਾਬ ਹੋ ਜਾਏ। ਅਤੇ ਇਹ ਦੇਖੋ ਹਾਲੇ ਇਹਦੀ ਮਲਾਈ ਜਿਹੜੀ ਹੈ ਨਾ ਪਤਲੀ ਹੈ, ਇਹਨੂੰ ਮੈਂ ਫਰਿੱਜ 'ਚ ਰੱਖਾਂਗੀ ਅਤੇ ਇੱਕ ਰਾਤ ਤੋਂ ਬਾਅਦ ਅਗਲੇ ਦਿਨ ਜਦੋਂ ਮੈਂ ਦੇਖਾਂ ਨੇ ਇਹਦੀ ਮਲਾਈ ਜਿਹੜੀ ਹੈ ਨਾ ਕਾਫ਼ੀ ਜਿਹੜੀ ਹੈ ਨਾ ਗਾੜੀ ਹੋ ਜਾਏਗੀ, ਅਤੇ ਮਲਾਈ ਜਿਹੜੀ ਫਿਰ ਮੈਂ ਸੇਵ ਕਰ ਲੈਣੀ ਹੁੰਦੀ ਹਾਂ। ਅਤੇ ਬਾਕੀ ਇੱਥੇ ਇਹ ਜਿਹੜੇ ਮੈਂਗੋ ਨੇ ਨਾ ਮੈਂ ਆਪਣੇ ਵਾਸਤੇ ਕੱਢੇ ਨੇ ਕਿ ਇਹਨਾਂ ਦੇ ਪੀਸ ਕੱਟ ਕੇ ਨਾ ਅਤੇ ਮੈਂ ਇਹਨਾਂ ਨੂੰ ਫਰਿੱਜ 'ਚ ਰੱਖ ਕੇ ਥੋੜ੍ਹਾ ਠੰਡਾ ਕਰਕੇ ਖਾ ਲਵਾਂ। ਅੱਜ ਦਾ ਵਲੌਗ ਜਿਹੜਾ ਉਹਦਾ ਇੱਥੇ ਇਖਤਤਾਮ ਕਰਨੇ ਆ, ਅਤੇ ਅਗਲੀ ਵੀਡੀਓ 'ਚ ਫਿਰ ਮੁਲਾਕਾਤ ਹੋਵੇਗੀ। ਆਪਣਾ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼।